ਵੈਸੇ ਤਾਂ ਜਿਹੜਾ ਐਨ ਐਫ ਐਲ ਵਾਲੀ ਰੋਡ ਹੈ, ਜਗ੍ਹਾ ਐਨ ਐਫ ਐਲ ਦੀ ਹੈ, ਪਰ ਬਤੌਰ ਨਗਰ ਕੌਂਸਲ ਸਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜੀ ਨਿਊਸੈਂਸ ਹੈ ਰੇਹੜੀਆਂ ਦੀ ਇੱਦਾਂ ਦੀ ਇੱਕ ਜਗ੍ਹਾ, ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ, ਨਾਲੇ ਸਮੂਥ ਟ੍ਰੈਫਿਕ ਰਹੇ। ਤਾਂ ਅਸੀਂ ਉਹ 'ਚ ਇਹਨਾਂ ਨੂੰ ਪਹਿਲਾਂ ਵੀ ਇੱਕ ਵਾਰ ਚੁਕਾਇਆ ਸੀ, ਸਾਈਡ 'ਤੇ ਕਰਾਇਆ ਸੀ, ਅਤੇ ਪਰ ਇਹਨਾਂ ਨੇ ਦੁਬਾਰਾ ਫਿਰ ਹੁਣ ਜਿਵੇਂ ਧਿਆਨ 'ਚ ਆਇਆ ਕਿ ਥੋੜ੍ਹੇ ਵੱਧ ਗਏ ਹੈਗੇ ਆ, ਤਾਂ ਅਸੀਂ ਇਹਨਾਂ ਨੂੰ ਇੱਕ ਵਾਰੀ ਚੁਕਾਉਣ ਦੀ ਕਾਰਵਾਈ ਕਰ ਰਹੇ ਹਾਂ। ਤਾਂ ਇਸ ਤੋਂ ਬਾਅਦ ਅਸੀਂ ਕੋਈ ਢੁੱਕਵੀਂ ਜਗ੍ਹਾ ਦੇਖ ਕੇ ਇਹਨਾਂ ਨਾਲ ਸਲਾਹ ਕਰਕੇ ਉਸ ਢੁੱਕਵੀਂ ਜਗ੍ਹਾ 'ਤੇ ਇਹਨਾਂ ਨੂੰ ਰੇਹੜੀਆਂ ਨੂੰ ਜਿਹੜੇ ਸਥਾਪਿਤ ਕਰਨ ਦੀ ਕਾਰਵਾਈ ਕਰਾਂਗੇ, ਤਾਂ ਜੋ ਆਮ ਜਨਤਾ ਜਿਹੜੀ ਲੰਘਦੀ ਆ ਉਹਨਾਂ ਨੂੰ ਪਰੇਸ਼ਾਨੀ ਵੀ ਨਾ ਹੋਵੇ ਟ੍ਰੈਫਿਕ ਨੂੰ, ਅਤੇ ਆਮ ਜਨਤਾ ਦੀ ਸਹੂਲਤ ਵੀ ਬਣੀ ਰਹੇ। ਵੱਖਰੇ ਵੱਖਰੇ ਡਿਪਾਰਟਮੈਂਟਸ ਦਾ ਰੋਲ ਹੈ ਇਨਕਰੋਚਮੈਂਟ ਰਿਮੂਵਲ ਦੇ ਵਿੱਚ। ਅਸੀਂ ਪਹਿਲਾਂ ਨੈਸ਼ਨਲ ਹਾਈਵੇ ਦਾ ਏਰੀਆ ਟੇਕਅਪ ਕੀਤਾ ਸੀ ਕਿਉਂਕਿ ਜ਼ਿਆਦਾ ਹਾਈ ਸਪੀਡ ਟ੍ਰੈਫਿਕ ਉੱਥੋਂ ਨਿਕਲਦਾ, ਅਤੇ ਇਸ ਵਾਸਤੇ ਨੈਸ਼ਨਲ ਹਾਈਵੇ 'ਤੇ ਜੋ BDPO ਹੈ ਉਹਨਾਂ ਦਾ ਐਕਟਿਵ ਰੋਲ ਰਿਹਾ ਹੈ। ਨਾਓ ਵੀ ਵਿਲ ਬੀ ਫੋਕਸਿੰਗ ਔਨ ਦ ਅਰਬਨ ਏਰੀਆਜ਼ ਔਲਸੋ। ਸੋ ਕਮੇਟੀ ਦੇ ਏਰੀਆ ਦੇ ਵਿੱਚ ਜੋ ਆ ਰਹੇ ਨੇ ਇਨਕਰੋਚਮੈਂਟ, ਜਿਵੇਂ ਕਿ ਤੁਸੀਂ ਧਿਆਨ 'ਚ ਲੈ ਕੇ ਆਏ ਹੋ, ਇਸ ਤੋਂ ਇਲਾਵਾ ਹੋਰ ਵੀ ਕਾਫੀ ਪੁਆਇੰਟਸ ਨੇ, ਵੀ ਵਿਲ ਬੀ ਫੋਕਸਿੰਗ ਔਨ ਦੈਟ ਅਤੇ ਉੱਧਰ ਇਨਕਰੋਚਮੈਂਟ ਰਿਮੂਵਲ ਵੱਲ ਜਾਵਾਂਗੇ ਤਾਂ ਕਿ ਲੋਕਾਂ ਨੂੰ ਵਧੀਆ ਯਾਤਾਯਾਤ ਲਈ ਸੜਕਾਂ ਕਲੀਅਰ ਮਿਲ ਸਕਣ। कहाँ से कहाँ जा रहे हैं? हम चंडीगढ़ से हिमाचल जा रहे हैं। यहाँ पे इतना रश क्यों है? ये कौन सा रोड है, रश क्यों है यहाँ? एक्चुअली ये मेन हाईवे है जो चंडीगढ़ को कनेक्ट करता है हिमाचल से, बट बिकॉज दिस इज़ अ सिंगल रोड तो वी कैन सी कि ट्रैफिक बहुत ज़्यादा है, और अगर इसको हम फोर लेन कर दें तो काफ़ी सुधार हो सकता है। अब यहाँ पर रुक गए गाड़ियाँ और भी रुकी, क्यों रुकी हैं यहाँ पर, क्या कारण है? यार एक्चुअली अब आने जाने का रास्ता है और रेहड़ी वाले भी है, इनकी भी कमाई होनी चाहिए, ये भी तो कमा ही रहे अपने परिवार के लिए। तो ये चीज़ कर सकते हैं हम कि ये मेन रोड से थोड़ा साइड हो जाए, और ये कर सकते हैं कि मेन रोड से थोड़ा पीछे हो जाए, तो फिर ज़्यादा बचाव हो सकता है जिस तरह से आप। लेकिन मेन रोड पे इतनी रेहड़ियाँ होनी चाहिए, गाड़ी एकदम से रुकती है? नहीं, मेन रोड पे तो नहीं होनी चाहिए, दो तीन काफ़ी हैं, बट इतनी ज़्यादा नहीं होनी चाहिए, बिकॉज साइड से फिर जो इतनी स्पीड से आ रही है गाड़ी वो जा सकती है, तो कुछ भी हो सकता है। क्या हो सकता है? हादसे हो सकते हैं।